गिरफ्तारी की खबर कई अखबारों में छप चुकी थी, जिस करके मजबूरन पुलिस ने सानू कोर्ट में पेश करना पड़ा। तो अदालत ने कुछ दिनों के रिमांड तो बाद सानू जेल भेज दिया। टेररिस्ट किवें बने? और कुछ पता टेररिस्ट किन्नू कहंदे? टेररिस्ट ता ओही बंदा हुंदा है जेड़ा बेगुनाह नू मार के खौफ पैदा करदा। देश आजाद होने तो पहला भगत सिंह, करतार सिंह सराबा, चंद्रशेखर आजाद, गदरी बाबे, इन्हां सारे नू टेररिस्ट कहा जाता सी। मैडम हर वो बंदा जिहड़ा सिस्टम के खिलाफ हथियार उठाउंदा है उहदे मत्थे ते समय की सरकार टैरोरिस्ट का लेबल ला दिया करती है। गुरशरण तुसी सिखां दे घर पैदा होए हो जी, कदी सिख इतिहास पढ़ना? गुरु अर्जन देव साहब तो लैके हुण तक सिखां ने हर गल नूं पहलां शांतमई तरीके नाल कीता है, पर गुरु साहब ने यह भी कहा जे शांतमई तरीके दे नाल मसले का हल ना होवे फिर हथियार उठाने जायज़ है। फिर इस वारी जा रहे हो नैशनल? हाँ पाऊ, तैयारी तो पूरी है। देखो आ की है कि संताली है? कुछ नहीं, बस ले चल। ओए तो वही मोक मार गया, तू कहंदा सी सिंह है। आ की होया? कुछ नहीं। ठीक रहने हो? तैनू की लगता? 5 साल हो गए अपन मिलिया। करतार निर्मोहा हो गया तू, जब मिलिए ना तो मोह कट जाता। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਕਿਵੇਂ ਜਾਣਦੀ ਐ ਤੂੰ? ਜੀ, ਇਹ ਮੇਰੇ ਨਾਲ ਕੈਨੇਡਾ ਚ ਪੜ੍ਹਦਾ ਸੀ ਤੇ ਹੁਣ ਮੇਰੀ ਰਿਸਰਚ ਵਿੱਚ ਵੀ ਮੇਰੀ ਬਹੁਤ ਹੈਲਪ ਕਰ ਰਿਹਾ ਹੈ। ਇਹਨੂੰ ਪਤਾ ਮੇਰੀ ਤੇ ਇਹਦੇ ਬਾਪ ਦੀ ਕੀ ਸਾਂਝ ਆ? ਹਾਂਜੀ, ਹਜ਼ਾਰਾਂ ਨੌਜਵਾਨ ਇਹਦੇ ਪਿਓ ਨੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਤੇ, ਬੇਗੁਨਾਹ ਲੋਕਾਂ ਦੇ ਬੱਚੇ ਯਤੀਮ ਕਰਤੇ। ਤੈਨੂੰ ਥੋੜੀ ਬਹੁਤੀ ਅਕਲ ਹੈਗੀ? ਤੂੰ ਇਸ ਗੰਦੇ ਖੂਨ ਨਾਲ ਘੁੰਮ ਰਹੀ ਹੈ। ਐਕਸਕਿਊਜ਼ ਮੀ, ਆਈ ਮੀਨ ਆਮ ਸੌਰੀ, ਬਟ ਇਹ ਸਭ ਕੁਝ ਜਾਣਦਾ ਹੈ ਆਪਣੇ ਡੈਡ ਬਾਰੇ ਤੇ ਆਪਣਾ ਘਰ ਬਾਰ ਛੱਡ ਕੇ ਇਹ ਮੇਰੇ ਨਾਲ ਹਰ ਉਸ ਘਰ ਚ ਗਿਆ। ਠੀਕ ਹੈ, ਪੁੱਛ, ਕੀ ਪੁੱਛਣਾ ਚਾਹੁੰਦੀ? ਮੈਂ ਤੇ ਸਿਰਫ ਇਹੀ ਪੁੱਛਣਾ ਚਾਹੁੰਦੀ ਸੀ ਕਿ ਤੁਹਾਡੇ ਉਹ ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਫਿਰ ਕੀ ਹੋਇਆ? ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਅਸੀਂ ਹਿਮਾਚਲ ਪ੍ਰਦੇਸ਼ ਦੇ ਉਨਾ ਡਿਸਟ੍ਰਿਕਟ ਦੇ ਵਿੱਚ ਇੱਕ ਗੁਰਦੁਆਰਾ ਕਰਦੇ ਨੇ ਸਿੰਘ ਸੌਦੇ ਆਰ ਪਾਰ ਦੇ, ਕਾਗਜ਼ਾਂ ਦੇ ਸ਼ੇਰ ਨੀ ਬੜਕ ਮਾਰਦੇ। ਸਿੰਘ ਸੌਦੇ ਆਰ ਪਾਰ ਦੇ, ਕਾਗਜ਼ਾਂ ਦੇ ਸ਼ੇਰ ਨਾ ਬੜਕ ਮਾਰਦੇ। ਸਾਹਿਬ ਨਾਲ ਗੱਲ ਕਰ, ਤੂੰ ਸਾਨੂੰ ਸਟਾਰਟ ਹੀ ਰੱਖਣਾ ਸੀ। ਚੱਲ ਅੰਕਲ ਜੀ, ਸਤਿ ਸ੍ਰੀ ਅਕਾਲ। ਸਾਲਾ ਅੰਕਲ ਦਾ ਨਾ ਮੇਰੇ ਘਰੇ ਭੂਆ ਵੀ ਹੈ ਤੇਰੀ, ਲਾਇਸੈਂਸ ਕੱਢ। ਬਰਾ ਜੀ ਦੇਖੋ, ਵੱਡਾ ਬਰਾ ਤਾਂ ਕਹਿ ਸਕਣਾ ਵਾ ਨਾ? ਕੋਈ ਬਰਾ ਨਹੀਂ, ਲਾਇਸੈਂਸ ਕੱਢ ਤੂੰ। ਹੈ ਨਹੀਂ ਗਾ, ਹੈ ਨਹੀਂ ਗਾ। ਆਰਸੀ ਹੋ ਗਈ, ਆਰਸੀ ਕੱਢ। ਖੋਤਾ ਦਿਮਾਗ ਹੈ। ਕੀ ਕਿਹਾ? ਮੇਰਾ ਖੋਤਾ ਦਿਮਾਗ ਹੈ, ਆਰਸੀ ਵੀ ਗਰੀਬ ਲਾਇਆ ਸੂ। ਲਾਇਸੈਂਸ ਤੇਰੇ ਕੋਲ ਨਹੀਂ, ਆਰਸੀ ਤੇਰੇ ਕੋਲ ਨਹੀਂ, ਇਹ ਸਕੂਟਰ ਕਿਹਦਾ ਚੱਕਿਆ ਹੋਏ? ਆਪਣਾ ਹੀ ਹੈਗਾ, ਖਾਨਦਾਨੀ ਬੰਦੇ ਹੈਗੇ ਅਸੀਂ, ਕੋਈ ਗੱਲ ਨਹੀਂ। ਮੈਂ ਤੇਰਾ ਚਲਾਨ ਕਰ ਦੇਣਾ। ਸਮਝੋ ਗਾਂਧੀ ਜੀ ਦੇ ਬੰਦੇ ਹੈਗੇ ਵਾ। ਅੱਛਾ, ਗਾਂਧੀ ਦੇ ਬੰਦੇ ਹੋ, ਲੈ ਕਰਾ ਦਰਸ਼ਨ। ਗੱਲ ਸੁਣੋ, ਗਲਤੀਆਂ ਦੋ ਤੇ ਗਾਂਧੀ ਇੱਕ। ਤੁਸੀਂ ਲਾਲਚ ਕਰਨੇ ਵੇ ਆ? ਓ ਨਹੀਂ ਓਏ, ਲੈ ਠੀਕ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਓ ਜਾਣਦੇ ਹੋ ਮੁੰਡੇ ਹੋ? ਹਾਂ ਜੀ, ਉਹੀ ਤਾਂ ਕਮਾਲ ਹੀ ਕਰ ਦਿੱਤੀ ਹੋ। ਟੱਚੂ ਕਮਾਲ ਹੈ, ਚੱਲ ਤੂੰ। ਚੋਰਿਆ, ਆ ਗਿਆ ਤੇਰਾ ਮੌਕਾ। ਮੈਂ ਮੰਨਦਾ ਜੋ ਤੁਹਾਡੇ ਨਾਲ ਹੋਇਆ ਉਹ ਗਲਤ ਹੋਇਆ, ਪਰ ਹੋਮ ਮਿਨਿਸਟਰ ਦੇ ਨਾਲ ਜਿਹੜੇ 20 ਬੇਗੁਨਾਹ ਮਾਰੇ ਗਏ, ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਕੌਣ ਜਵਾਬ ਦਊਗਾ? ਮੈਨੂੰ ਅਫਸੋਸ ਹੈ ਉਸ ਘਟਨਾ ਵਿੱਚ ਮਾਰੇ ਗਏ ਬੇਗੁਨਾਹ ਲੋਕਾਂ ਦੀ ਮੌਤ ਦਾ, ਪਰ ਉਸੇ ਘਟਨਾ ਕਰਕੇ ਪੰਜਾਬ ਵਿੱਚ ਚੱਲ ਰਿਹਾ ਮੌਤ ਦਾ ਤਾਂਡਵ ਸਦਾ ਲਈ ਖਤਮ ਹੋ ਗਿਆ। ਪੁਲਿਸ ਤੇ ਪ੍ਰਸ਼ਾਸਨ ਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਲੋਕਾਂ ਨਾਲ ਨਫ਼ਰਤ ਤੇ ਹਿੰਸਾ ਦੀ ਬਜਾਏ ਪਿਆਰ ਤੇ ਮੁਹੱਬਤ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਹ ਕਿਹੜੀਆਂ ਮੁਹੱਬਤਾਂ ਦੀ ਗੱਲਾਂ ਕਰਦੇ ਪਏ ਹੋ ਤੁਸੀਂ? ਹਿੰਦੂਆਂ ਨੂੰ ਬੱਸਾਂ 'ਚੋਂ ਕੱਢ ਕੱਢ ਕੇ ਮਾਰਿਆ, ਲੁੱਟੋ ਖੋਹੀ ਮਚਾਤੀ ਹਰ ਪਾਸੇ, ਤੁਸੀਂ ਆਮ ਲੋਕਾਂ ਦੀ ਧੀਆਂ ਭੈਣਾਂ ਦੀ ਇੱਜ਼ਤਾਂ ਨਾਲ ਖਿਲਵਾੜ ਕੀਤਾ ਹੈ ਤੁਸੀਂ। ਦੇਖ, ਇੱਕ ਸੱਚਾ ਸਿੱਖ ਕਦੇ ਵੀ ਅਜਿਹੇ ਘਨੌਣੇ ਕੰਮ ਨਹੀਂ ਕਰ ਸਕਦਾ। ਇਹ ਸਾਰੇ ਕਾਲੇ ਕਾਰਨਾਮੇ ਸਾਡੇ 'ਚ ਸ਼ਾਮਲ ਗਲਤ ਅਨਸਰਾਂ ਨੇ ਕੀਤੇ ਸੀ, ਤੇ ਇਹਨਾਂ ਗੁੰਡਾ ਅਨਸਰਾਂ ਵਿੱਚੋਂ ਬਹੁਤ ਸਾਰੇ ਲੋਕ ਤੇਰੇ ਪਿਓ ਵਰਗੇ ਪੁਲਿਸ ਅਫਸਰਾਂ ਨੇ ਸਾਡੀ ਲਹਿਰ ਨੂੰ ਬਦਨਾਮ ਕਰਨ ਲਈ ਸਾਡੇ 'ਚ ਸ਼ਾਮਲ ਕੀਤੇ ਸੀ। ਸਮਝਿਆ ਤੂੰ? ਬਟ ਤੁਹਾਡਾ ਮੂਵਮੈਂਟ ਤਾਂ ਬਿਲਕੁਲ ਖਤਮ ਹੋ ਚੁੱਕਾ ਹੈ, ਹੁਣ ਤੁਸੀਂ ਕੀ ਸੋਚ ਰਹੇ ਹੋ? ਮੈਨੂੰ ਅਫਸੋਸ ਹੈ, ਹੱਕਾਂ ਦੀ ਇਹ ਲੜਾਈ ਅਸੀਂ ਜਿੱਤ ਨਹੀਂ ਸਕੇ, ਪਰ ਇੱਕ ਗੱਲ ਦਾ ਪੱਕਾ ਯਕੀਨ ਹੈ ਕਿ ਇੱਕ ਨਾ ਇੱਕ ਦਿਨ ਆਵੇਗਾ ਜਦ ਲੋਕ ਲਹਿਰਾਂ ਬਣ ਕੇ ਉੱਠਣਗੇ ਤੇ ਹੱਕਾਂ ਦੀ ਇਹ ਲੜਾਈ ਜਿੱਤਣਗੇ।